ਗੰਦਾਰਾ ਹੀ ਕੋ ਬੋਰਡ ਤੇ ਸਮਾਜੀ ਬਹਿਬੂਦ। ਗੰਦਾਰਾ ਕੋ ਬੋਰਡ ਦੇ ਕਯਾਮ ਨੂੰ 30 ਸਾਲ ਸੀ ਜ਼ਾਇਦ ਦਾ ਅਰਸਾ ਹੋ ਚੁੱਕਾ ਵੇ ਅਤੇ ਇਸ 30 ਸਾਲਾ ਸਫ਼ਰ ਦੇ ਦੌਰਾਨ ਇਸ ਬੋਰਡ ਨੇ ਹਿਨ ਕੋ ਜ਼ਬਾਨ ਅਦਬ ਦੇ ਫਰੋਗ ਵਸੇ ਜਿਹੜੇ ਕੰਮ ਕੀਤੇ ਉਹਨਾਂ ਕੰਮਾਂ ਅਤੇ ਕਾਰਨਾਮਿਆਂ ਦੀ ਇੱਕ ਤਵੀਲ ਫਹਿਰਿਸ਼ਤ ਏ ਜਿਸਦਾ ਇਹਾਦਾ ਕਰਨਾ 30 ਲਾਈਨਾਂ ਜਾਂ 30 ਸਫ਼ਾਤ ਵਿੱਚ ਮੁਮਕਿਨ ਨਹੀਂ ਗਾ, ਬਲਕਿ ਇੱਥੋਂ ਤੱਕ ਕਿ ਗੰਦਾਰਾ ਕੋ ਬੋਰਡ ਨੇ ਆਪਣੇ ਮਸਕੂਰਾ ਮਕਸਦ ਦੇ ਹਸੂਲ ਵਸੇ ਜਿਹੜੀ ਜਿਹੜੀ ਜਹਿਤਾਂ ਦੇ ਕੰਮ ਕੀਤੇ ਉਹ ਸਿਰਫ ਉਹਨਾਂ ਜਹਿਤਾਂ ਦਾ ਤਸਕਰਾ ਕਰਨਾ ਜਾਂ ਕਿਸੇ ਇੱਕ ਪਹਿਲੂ ਨੂੰ ਮੁਕੰਮਲ ਤੌਰ 'ਤੇ ਕਿਸੇ ਇੱਕ ਮਜ਼ਮੂਨ ਵਿੱਚ ਬਿਆਨ ਕਰਨਾ, ਇਹ ਵੀ ਇਸ ਤਰ੍ਹਾਂ ਵੇ ਕਿ ਜ਼ਿਕਰੋ ਸਮੁੰਦਰ ਨੂੰ ਕੂਜ਼ੇ 'ਚ ਬੰਦ ਕਰਨਾ। ਪਰ ਇਹ ਸਭ ਦੇ ਬਾਵਜੂਦ ਮੈਂ ਅੱਜ ਇਸ ਮੌਕੇ 'ਤੇ ਇੰਤਹਾਈ ਇਖਤਸਾਰ ਸੀ ਕੰਮ ਲੈਂਦੇ ਹੋਇਆਂ ਗੰਦਾਰਾ ਕੋ ਬੋਰਡ ਦੇ ਸਿਰਫ ਇੱਕ ਪਹਿਲੂ 'ਤੇ ਗੱਲ ਕਰ ਸਾਂ ਕਿ ਇਸ ਤਰ੍ਹਾਂ ਤਾਂ ਗੰਦਾਰਾ ਕੋ ਬੋਰਡ ਪਾਕਿਸਤਾਨ ਦੀ ਸਾਰੀ ਜ਼ਬਾਨਾਂ ਦੀ ਤਰਵੀਜ ਓ ਤਰੱਕੀ ਵਸੇ ਪਿਆ ਅਮਲੀ ਕੰਮ ਕਰ ਦੇਵੇ, ਹਿਨ ਕੋ ਜ਼ਬਾਨ ਓ ਅਦਬ ਦੇ ਫਰੋਗ ਵਸੇ ਵੀ ਮਾਸ਼ਾਅੱਲਾ ਕਿਸੀ ਸੀ ਪਿੱਛੇ ਨਹੀਂ ਗਾ, ਬਲਕਿ ਹਰ ਮੈਦਾਨ ਵਿੱਚ ਹੀ ਪੇਸ਼ ਪੇਸ਼ ਹੈ। ਲੇਕਿਨ ਹਿਨ ਕੋ ਜ਼ਬਾਨ ਓ ਅਦਬ ਦੇ ਇਲਾਵਾ ਗੰਦਾਰਾ ਕੋ ਬੋਰਡ ਨੇ ਆਪਣੇ ਸਮਾਜ ਦੀ ਫਲਾਹ ਬਹਿਬੂਦ ਵਸੇ ਕੇ ਕੰਮ ਕੀਤਾ ਵੇ, ਜ਼ਰਾ ਜਿਹਾ ਇਸ ਪਹਿਲੂ 'ਤੇ ਗੱਲ ਕਰ ਸਾਂ ਤਾਂ ਇਸ ਹਵਾਲੇ ਨਾਲ ਤਾਂ ਸਭ ਤੋਂ ਪਹਿਲੇ ਅਰਜ਼ ਹੈ ਕਿ ਗੰਦਾਰਾ ਕੋ ਬੋਰਡ ਜਿਹੜਾ ਕਿ ਅੱਜ ਮਾਸ਼ਾਅੱਲਾ ਇੱਕ ਸਾਇਆਦਾਰ ਅਤੇ ਤਨਾਵਰ ਦਰਖਤ ਬਣ ਗਿਆ ਵੇ, ਇਸ ਦਾ ਬੂਟਾ ਜਿਨ੍ਹਾਂ ਹਸਤੀਆਂ ਨੇ ਲਗਾਇਆ ਵੇ ਉਸ 'ਚ ਇੱਕ ਨਾਮ ਇਸ ਬੋਰਡ ਦੇ ਸਰਪ੍ਰਸਤ ਆਲਾ ਅਤੇ ਪਿਸ਼ੋਰ ਦੀ ਮਸ਼ਹੂਰ ਰੂਹਾਨੀ ਅਤੇ ਸਮਾਜੀ ਸ਼ਖਸੀਅਤ ਹਜ਼ਰਤ ਸੈਯਦ ਮੁਹੰਮਦ ਅਮੀਰ ਸ਼ਾਹ ਅਲ ਕਾਦਰੀ ਅਲ ਗੈਲਾਨੀ ਅਲ ਮਾਰੂਫ ਹਜ਼ਰਤ ਮੌਲਵੀ ਜੀ ਰਹਿਮਤੁੱਲਾ ਅਲੈਹ ਆਏ ਕਿ ਜਿਨ੍ਹਾਂ ਨੇ ਅਹਲੀਆਂ ਨੇ ਪਿਸ਼ੋਰ ਦੀ ਫਲਾਹ ਬਹਿਬੂਦ ਵਸੇ ਜਿਹੜੀ ਜੱਦੋਜਹਿਦ ਕੀਤੀ ਹੈ ਉਸ ਦੀ ਇੱਕ ਤਵੀਲ ਫਹਿਰਿਸ਼ਤ ਹੈ। ਅਤੇ ਅਗਰ ਮੈਂ ਸਿਰਫ ਮੌਲਵੀ ਜੀ ਸਰਕਾਰ ਰਹਿਮਤੁੱਲਾ ਅਲੈਹ ਦੀ ਮਸਕੂਰਾ ਮੌਜੂਦ ਦੇ ਪੇਸ਼ੇ ਨਜ਼ਰ ਸਿਰਫ ਉਹਨਾਂ ਦੀ ਖਿਦਮਾਤ ਬਿਆਨ ਕਰਨਾ ਸ਼ੁਰੂ ਕਰ ਦੇਵਾਂ ਤਾਂ ਵੱਧ ਗੱਲ ਮੇਰੇ ਵਸੀ ਨਿਕਲ ਜਿਸੀ। ਲਿਹਾਜ਼ਾ ਪਿਸ਼ੋਰ ਦਾ ਇੱਕ ਬੱਚਾ ਜਾਣਦਾ ਵੇ ਕਿ ਮੌਲਵੀ ਜੀ ਸਾਹਿਬ ਨੇ ਆਪਣੇ ਸਮਾਜ ਦੀ ਫਲਾਹ ਬਹਿਬੂਦ ਵਸੇ ਕੀ ਕੁਛ ਕੀਤਾ ਵੇ। ਇਸੇ ਤਰ੍ਹਾਂ ਇਸ ਬੋਰਡ ਦੇ ਬਾਨੀ ਚੇਅਰਮੈਨ ਵਤਨ ਅਜ਼ੀਜ਼ ਦੇ ਨਾਮਵਰ ਸਕਾਲਰ ਅਤੇ ਕਾਲਮ ਨਿਗਾਰ ਜਿਨ੍ਹਾਂ ਦੀਆਂ ਤਹਿਰੀਰਾਂ 'ਚ ਦਰਜ ਇੱਕ ਲਫ਼ਜ਼ ਆਪਣੇ ਪਿਸ਼ੋਰ ਅਤੇ ਪਿਸ਼ੋਰੀਆਂ ਦੀ ਫਲਾਹ ਬਹਿਬੂਦ ਵਸੇ ਅੱਜ ਵੀ ਰਿਕਾਰਡ 'ਤੇ ਮੌਜੂਦ ਹੈ ਅਤੇ ਜਿਨ੍ਹਾਂ ਨੇ ਸਾਰੀ ਉਮਰ ਦਰਸ ਓ ਤਦਰੀਸ ਦੇ ਸ਼ੋਬੇ ਨਾਲ ਵਾਬਸਤਾ ਰਹਿ ਕੇ ਨਾ ਸਿਰਫ ਆਪਣੇ ਸ਼ਹਿਰ ਦੇ ਹਿੰਕੋਵਾਨ ਤੁਲਬੋ ਤਲਬਾਤ ਬਲਕਿ ਪੂਰੇ ਪਾਕਿਸਤਾਨ ਦੇ ਤਲਬ ਇਲਮੋ ਵਸੇ ਇੱਕ ਉਸਤਾਦ ਦੀ ਹੈਸੀਅਤ ਨਾਲ ਨੌਜਵਾਨਾਂ ਦੇ ਰੋਸ਼ਨ ਮੁਸਤਕਬਿਲ ਦੀ ਫਲਾਹ ਬਹਿਬੂਦ ਵਸੇ ਜਿਹੜੇ ਕੰਮ ਕੀਤੇ ਹੋਣ ਉਸ ਦੀ ਕੋਈ ਮਿਸਾਲ ਨਹੀਂ ਗੀ, ਕਿਉਂਕਿ ਉਸਤਾਦ ਕਿਸੇ ਇੱਕ ਖਾਸ ਤਬਕੇ ਵਸੇ ਨਹੀਂ ਬਲਕਿ ਪੂਰੇ ਮਾਸ਼ਰੇ ਦੀ ਫਲਾਹ ਬਹਿਬੂਦ ਵਸੇ ਕੰਮ ਕਰ ਦੇਵੇ ਅਤੇ ਮਾਸ਼ਰੇ 'ਚ ਉਸਤਾਦ ਦਾ ਕੋਈ ਨਿਆਮਲ ਬਦਲ ਨਹੀਂ ਆਉਂਦਾ ਅਤੇ ਮੇਰੀ ਮੁਰਾਦ ਪ੍ਰੋਫੈਸਰ ਡਾਕਟਰ ਜ਼ਹੂਰ ਅਹਿਮਦ ਅਵਾਨ ਹੋ। ਇਸੇ ਤਰ੍ਹਾਂ ਜ਼ਹੂਰ ਅਵਾਨ ਸਾਹਿਬ ਦੀ ਰਹਿਲਤ ਸੀ ਬਾਅਦ ਇਸ ਬੋਰਡ ਦੀ ਚੇਅਰਮੈਨਸ਼ਿਪ ਦੀ ਜ਼ਿੰਮੇਦਾਰੀ ਪਾਕਿਸਤਾਨ ਦੇ ਨਾਮਵਰ ਬਿਊਰੋਕਰੇਟ ਅਤੇ ਸਾਡੇ ਸੂਬੇ ਦੇ ਸਾਬਕਾ ਚੀਫ ਸੈਕਟਰੀ ਇਜਾਜ਼ ਅਹਿਮਦ ਕੁਰੈਸ਼ੀ ਸਾਹਿਬ ਹੋਣਾ ਦੇ ਮੋੜਿਆਂ 'ਤੇ ਆਈ ਅਤੇ ਇਜਾਜ਼ ਕੁਰੈਸ਼ੀ ਸਾਹਿਬ ਨੇ ਨਾ ਸਿਰਫ ਪਿਸ਼ੋਰ ਅਤੇ ਅਹਿਲਿਆਨੇ ਪਿਸ਼ੋਰ ਬਲਕਿ ਪੂਰੇ ਸੂਬੇ ਦੀ ਆਵਾਮ ਵਸੇ ਜਿਹੜੇ ਫਲਾਈ ਕੰਮ ਕੀਤੇ ਹੋਣ ਹਕੂਮਤ ਪਾਕਿਸਤਾਨ ਅੱਜ ਵੀ ਉਹਨਾਂ ਦੀਆਂ ਸਲਾਹੀਅਤਾਂ ਅਤੇ ਕਾਵਿਸ਼ਾਂ ਦੀ ਮੁਤਾਰਿਫ ਹੈ ਅਤੇ ਇਸੀ ਵਸੇ ਉਹਨਾਂ ਨੂੰ ਪਾਕਿਸਤਾਨ ਦੇ ਇੱਕ ਆਈਨੀ ਅਹੁਦੇ ਦੀ ਜ਼ਿੰਮੇਦਾਰੀ ਵੀ ਹਵਾਲੇ ਕੀਤੀ ਗਈ ਹੈ ਅਤੇ ਇਸ ਵਕਤ ਉਹ ਵਿਫਾਕੀ ਮੁਹਤਸਿਬ ਦੀ ਹੈਸੀਅਤ ਨਾਲ ਪੂਰੇ ਪਾਕਿਸਤਾਨ ਦੇ ਆਵਾਮ ਦੀ ਫਲਾਹ ਬਹਿਬੂਦ ਵਸੇ ਪਈ ਜਿਹੜੇ ਕੰਮ ਕਰਦੇ ਉਹ ਵੀ ਰਿਕਾਰਡ 'ਤੇ ਮੌਜੂਦ ਹਨ। ਇਸੀ ਤਰ੍ਹਾਂ ਇਸ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਅਤੇ ਫਰਜ਼ੰਦੇ ਪਿਸ਼ੋਰ ਡਾਕਟਰ ਰਤਨਾਨ ਗੁਲ ਹੋਣਾ ਦਾ ਤਾਂ ਪਿਸ਼ੋਰੀਆਂ ਦੀ ਫਲਾਹ ਬਹਿਬੂਦ ਦੇ ਹਵਾਲੇ ਨਾਲ ਸਿਰਫ ਨਾਮ ਹੀ ਕਾਫੀ ਹੈ, ਯਾਨੀ ਅੱਜ ਵੀ ਕੋਈ ਪਿਸ਼ੋਰੀ ਇਨਕੋਵਾਨ ਉਹਨਾਂ ਦੇ ਕਲੀਨਿਕ ਚਲਾ ਜਾਵੇ ਤਾਂ ਆਪਣੇ ਪਿਸ਼ੋਰੀ ਪਿਰਾਦ ਦੀ ਸਿਰਫ ਆਮਦ ਦੇ ਇਹਤਰਾਮ ਵਿੱਚ ਉਹ ਆਪਣੀ ਕੁਰਸੀ ਸਿਖਲ ਹੋ ਜਾਂਦੇ ਨੇ। ਫੀਸਾਂ ਮਾਫ ਕਰਨੀਆਂ ਅਤੇ ਉਹਨਾਂ ਮਰੀਜ਼ਾਂ ਨੂੰ ਖਸੂਸੀ ਰਿਆਇਤਾਂ ਦੇਣੀਆਂ ਉਹ ਇੱਕ ਅਲੱਗ ਤਫਸੀਲ ਹੈ। ਇਸ ਦੇ ਇਲਾਵਾ ਗੰਦਾਰਾ ਕੋ ਬੋਰਡ ਦੇ ਜਨਰਲ ਸੈਕਟਰੀ ਮੁਹੰਮਦ ਜ਼ਿਆਉਦੀਨ ਹੋਣਾ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਹਿਨਕੋ ਅਤੇ ਹਿਨਕੋਵਾਨਾ ਵਾਸਤੇ ਵਕਫ ਕੀਤੀ ਹੋਈ ਹੈ, ਹਿਨਕੋਵਾਨਾ ਦੀ ਫਲਾਹ ਬਹਿਬੂਦ ਵਸੇ ਉਹਨਾਂ ਨੇ ਜਿਹੜੇ ਕੰਮ ਕੀਤੇ ਹੋਣ, ਹਿਨਕੋ ਜ਼ਬਾਨ ਅਦਬ ਦੀ ਤਾਰੀਖ ਵਿੱਚ ਉਹ ਕੰਮ ਕਰਨਾ ਤਾਂ ਕੁਝਾ ਉਹਨਾਂ ਦੇ ਬਾਰੇ 'ਚ ਕੋਈ ਸੋਚ ਵੀ ਨਹੀਂ ਸਕਦਾ। ਅਤੇ ਉਸ ਦੀ ਇੱਕ ਨਿੱਕੀ ਜਿਹੀ ਮਿਸਾਲ ਇਹ ਵੇ ਕਿ ਪਾਕਿਸਤਾਨ ਦੀ ਮਰਦਮਸ਼ੁਮਾਰੀ ਦੀ ਤਾਰੀਖ ਵਿੱਚ ਪਹਿਲੀ ਦਫ਼ਾ ਮਰਦਮਸ਼ੁਮਾਰੀ ਦੇ ਫਾਰਮ ਵਿੱਚ ਇਨਕੋ ਜ਼ਬਾਨ ਦੇ ਖਾਨੇ ਦੀ ਸ਼ਮੂਲੀਅਤ ਵਸੇ ਉਹਨਾਂ ਨੇ ਆਪਣੀ ਸਰਕਾਰੀ ਨੌਕਰੀ ਯਾਨੀ ਕਲਾਸ 1 ਦੀ ਅਫਸਰੀ ਨੂੰ ਦਾਅ 'ਤੇ ਲਗਾ ਕੇ ਅੰਜਾਮ ਦੀ ਪਰਵਾਹ ਨਾ ਕਰਦੇ ਹੋਏ ਬਗੈਰ ਕਿਸੇ ਲਾਲਚ ਦੇ ਪਿਸ਼ਾਵਰ ਹਾਈ ਕੋਰਟ ਵਿੱਚ 1998 'ਚ ਇੱਕ ਰਿਟ ਦਾਇਰ ਕੀਤੀ ਅਤੇ ਉਸ ਵਿੱਚ ਮੁਤਾਲਬਾ ਕੀਤਾ ਕਿ ਮਰਦਮਸ਼ੁਮਾਰੀ ਦੇ ਫਾਰਮ ਵਿੱਚ ਇਨਕੋ ਜ਼ਬਾਨ ਦਾ ਕਾਲਮ ਸ਼ਾਮਿਲ ਕੀਤਾ ਜਾਵੇ ਅਤੇ ਅੱਲਾ ਦੀ ਮਦਦ ਨਾਲ ਉਹਨਾਂ ਨੇ ਇਹ ਕੇਸ ਜਿੱਤਾ ਅਤੇ ਨਾਦਰਾ ਦੇ ਕੌਮੀ ਮਰਦਮਸ਼ੁਮਾਰੀ ਦੇ ਫਾਰਮ ਵਿੱਚ ਵੱਧ ਹਿਨਕੋ ਜ਼ਬਾਨ ਦਾ ਕਾਲਮ ਸ਼ਾਮਿਲ ਕੀਤਾ ਗਿਆ ਅਤੇ ਅੱਜ ਇਸ ਕੁਰਬਾਨੀ ਦਾ ਨਤੀਜਾ ਇਹ ਨਿਕਲਾ ਵੇ ਕਿ ਕੈਨੇਡਾ ਦੇ ਮਰਦਮਸ਼ੁਮਾਰੀ ਦੇ ਫਾਰਮ ਵਿੱਚ ਵੀ ਪਹਿਲੀ ਦਫ਼ਾ ਹਿਨਕੋ ਜ਼ਬਾਨ ਦਾ ਖਾਨਾ ਸ਼ਾਮਿਲ ਕਰ ਦਿੱਤਾ ਗਿਆ ਵੇ। ਇਸੇ ਤਰ੍ਹਾਂ ਗੰਦਾਰਾ ਕੋ ਬੋਰਡ ਦੀ ਐਗਜ਼ੈਕਟਿਵ ਮੈਂਬਰ ਅਤੇ ਸੂਬਾਈ ਮੁਤਸਿਬ ਮੁਹਤਰਮਾ ਰਖਸ਼ੰਦਾ ਨਾਜ਼ ਸਾਹਿਬਾ ਜਿਨ੍ਹਾਂ ਨੇ ਨਾ ਸਿਰਫ ਸੂਬਾ ਖੈਬਰ ਪਖਤੂਨਖਵਾ
تے خالصتاً پشور دی خواتین دی فلاح و بہبود سے جڑے کام کیتے ان یا پی کر دین وہ بھی ریکارڈ تے موجود ہوں۔ اسی طرح اگر میں گندارن کو بورڈ دے ایک ایک بندے دا نام لے کے پشوریاں دی فلاح و بہبود دے حوالے نال انہاں دیاں کاوشاں نوں گنوانا شروع کر دواں تا گل کدھرے اور نکل جسی۔ اس وجہ سے میں گندارن کو بورڈ دے کسی فرد دی ذاتی حیثیت نوں چھوڑ کے بورڈ دی اجتماعی حیثیت نوں سامنے رکھ دے گل کر ساں کہ اگر کوئی یہ سوال کردا ہے کہ گندارن کو بورڈ نے پشوریاں دی فلاح و بہبود واسطے کیا کام کیتا ہوئے، تو سب سے پہلے تو گندارن کو بورڈ دا کارنامہ ہے کہ اس ادارے نے پشوریاں نوں شناخت دیتی ہے، نہیں تو اسی پہلے پشوریاں نوں خارے، پنجابی، گوہاٹی، ایپٹ آبادی، ہری پوریا، ہزارے وال تے چھاچی وغیرہ کہندا ہے، جدکہ گندارن کو بورڈ نے آ کے یہ فرق ختم کیتا تے اپنی پوری قوم نوں پہلی دفعہ ہن کو وان دا نام دیتا، یعنی کہ شناخت دیتی، کیونکہ بغیر شناخت دے نہ کوئی سماج قائم ہوندا ہے تے نہ کسی سماج دا وجود، تا اسی وقت کے گندارن کو بورڈ دا اپنے سماج وسے فلائی کام کی ہو سکتا ہے؟ اپنی مدد آپ دے تحت چپ چپیتے کتنے ہی سفید پوش ان کو وانا دے نال مالی معاونت سمیت درجنہ بچے تے بچیاں دے بیاواں دے اخراجات، بیماری، سستی، ہسپتالاں، دوائیاں تے موت مرگ دے خرچیاں دا ذمہ لینا، درجنہ سیاسراں دے بیاواں دیا روٹیاں تے شادی آلان دے کرائے ادا کرنا، کتنے ہی بے روزگار نوجواناں نوں صوبائی تے وفاقی اداریاں چ پکی سرکاری نوکریاں دلوانا جڑے اج بھی اعلیٰ عہدیاں تے فائز ہن۔ 2005 تے 2008 دے سیلاب زدگان تے زلزلے نال متاثر ہونے والے پاکستانیوں سے فری میڈیکل کیمپس، دوائیاں دا علاج دا اہتمام کرنا، اسی طرح گندارن کو بورڈ نے اپنے آباؤ اجداد دی لازوال قربانیاں یعنی 23 اپریل 1930 دے شہدا دی تاریخ نو زندہ کیتا، اس دے ریکارڈ نو درست کیتا تے اس دن نو خصوصی طور تے عالمی، صوبائی، ضلعی تے علاقائی سطح تے منانے دا آغاز کیتا تے اپنی قوم نو بتلایا کہ ساڈی بہادری نو دیکھ کے فرنگیاں دے ٹینکاں تلو کس طرح زمین نسی ہے تے تحریک آزادی نو کامیاب بنانے چ پشوریاں نے جڑیاں قربانیاں دیتیاں ہوں او کسی طرح پلائیاں نہیں جا سکتیاں۔ اس دے علاوہ کسی بھی قوم دی شناخت وسے اس قوم دا کوئی نمائندہ شاعر ہونا بڑا ضروری ہے، کیونکہ بغیر ادب تے ادیب دے معاشرہ مکمل نہیں ہوندا۔ گندارن کو بورڈ نے احمد علی سائیں دے نام نو زندہ کیتا، اس دا کلام چھاپا، اس دے پورٹریٹ تیار کروائے، وطن عزیز دیاں یونیورسٹیاں تے لائبریریاں چ احمد علی سائیں چیئرز قائم کیتیاں۔ گندارن کو بورڈ نے پاکستان دی تاریخ وچ پہلی دفعہ بی ایس ہنکو دا نصاب تیار کر کے حکومت خیبر پختونخوا تے ہائر ایجوکیشن سی منظور کروا کے سٹی یونیورسٹی چ بی ایس ہنکو پروگرام لانچ کروایا تاکہ ہنکوانا دی آنے والیاں نسلاں دا سر اچا رہے۔ اسی طرح صوبے دی مختلف جامعات وچ ہنکو چیئرز دا قیام، اندرون و بیرون ممالک وچ ہنکو چیپٹرز دا آغاز تے بین الاقوامی تے قومی سطح تے ہنکو نو متعارف کروانا یعنی روس، جاپان، ترکی، انڈیا، کینیڈا، لندن، امریکہ، جموں کشمیر تے اسی طرح دنیا دے مختلف شہراں دے سکالرز نے گندارن کو بورڈ دے تعاون نال ہنکو زبان و ادب، ہنکو گرامر تے ہنکو دی تاریخ تے کام کیتا۔ دنیا دی مقبول ترین تے تاریخی کانگریس لائبریری چ ہنکو زبان دیا کتاباں واسطے شیلف مختص کروانا، جدکہ مکہ تے مدینہ دی لائبریری چ قرآن پاک دا منظوم ہنکو ترجمہ رکھوانا۔ اسی طرح 100 تے 200 سال پرانے ہنکو زبان دے درجنہ شعرا دے کلاماں نو محفوظ کر کے انہاں نو منظر عام تے آندا تے آنے والی نسلاں تک پہنچانے دا سامان کیتا۔ اس دے علاوہ موجودہ دور 70 تے 80 سال سی ہنکو لکھنے والے درجنہ نادار تے بے وس لکھاریاں دی تخلیقات نو شایع کر کے انہاں نو صاحب کتاب ہونے دا اعزاز بخشا۔ صوبائی تے وفاقی سطح تے ہنکو وان شعرا ادبا دے وظائف مقرر کرنے واسطے آن ریکارڈ جانی، مالی تے تحریری کوششاں کیتیاں تے انہاں شعرا و دبان نوں انہاں دا حق دلوایا، جدکہ ہنکو زبان دے کئی شاعراں ادیباں نوں اپنی ذاتی جیب سی لکھ روپے دے اعزازیے دینا۔ 2018 محمد زیودین ہونا دی سرپرستی چ ہنکو کلچرل ٹریل آف پشاور دے عنوان نال پورے پشور دے مختلف تاریخی مقامات دیاں 4000 سی زائد تصویراں نوں محفوظ کرنا، ٹی وی تے ہنکو خبراں دا باقاعدہ آغاز، صوبائی بجٹ دستاویز وچ ہنکو زبان دی شمولیت، ہفتہ وار ہنکو وان اخبار دا اجرا، ہنکو زبان دی سینکڑا کتاباں تے درجنہ رسائل دی اشاعت، ہنکو وان طلبا و طالبات دی پذیرائی، 7 عالمی کانفرنساں دا انعقاد، 9 صوبائی کانفرنساں دا انعقاد، سینکڑاں تنقیدی اجلاساں دا اہتمام، عالمی تے صوبائی مشاعرے، درجنہ ورکشاپس، مذاکرے تے تحریری، تقریری تے موسیقی دے مقابلے، ہنکوان شخصیات دیاں برسیاں شامہ تے ملاقاتاں دا اہتمام، درجنہ ایم فل تے پی ایچ ڈی مقالیاں دی نگرانی،
इनकुवान यूथ असम्बली, पिशोरी हमदर्द, पिशोरी थिंक टैंक, गंदारा ऑफिसर्स क्लब ते हिनकुवान ह्यूमन राइट्स वॉच जैसे फोरम्स का कयाम ते हिनको ते हिनकुवान दी तरक्की वसे दर्जना पब्लिक ते प्राइवेट इदारिया नाल एमओयूज हिनको एंड्राइड एप्स की तैयारी किसी भी इलाकाई जबान उच पहली दफा कुरान पाक दे मंजूम तर्जुमे दी अशात हिनको दी पहली लुगत दी तैयारी ते अशात सोशल मीडिया ते प्रिंट मीडिया ते हिनको दे बयानिए नू तकवीयत देना मुख्तसर ए के कोई भी फर्द या इदारा अपने समाज दी फलाओ बहबूद वसे इस सिवत के और के कर सकदा वे ते याद रवे के फलाई कमन नू गिणवाने या दिखाने वसे नहीं कीता जांदा बल्कि अपने रब दे हुजूर सुरख रूह होने वसे कीता जांदा वे उसका शुक्र अदा करने से कीता जांदा वे ते अलहम्दुलिल्लाह गंदारन को बोर्ड ने अपने माशरे दी फलाओ बहबूद वसे जड़े कम कीते उन च ना कोई झूठ है ना कोई मुबालगा इस वसे गंदारन को बोर्ड दा हिक हिक रुकन अपने रब दे इस खसूसी फजल ते मेहरबानी दा इंतहाई शुक्रगुजार है।